ਸਸਤੀ ਗੱਡੀ ਲੱਭ ਰਹੇ ਬਾਈ ਉਹਨਾਂ ਨੂੰ ਬੇਸ਼ੱਕ ਕਾਲ ਨਾ ਕਰੇ ਪਰ ਜੇ ਚੰਗੀ ਗੱਡੀ ਲੱਭ ਰਹੇ ਆਪਣੀ ਫੈਮਿਲੀ ਵਾਸਤੇ ਫਿਰ ਹਨਾ ਮੋਸਟ ਵੈਲਕਮ ਹੈ ਲਾਈਟਿੰਗ ਸਾਰਾ ਕੁਝ ਸੀਟ ਕਵਰ ਨਿਊ ਸਾਰਾ ਇੰਟੀਰੀਅਰ ਨਵਾਂ ਠੀਕ ਹੈ ਜੀ ਫਸਟ ਆਨਰ ਠੀਕ ਹੈ ਜੀ ਤੇ ਕਿੰਨਾ ਕੁ ਚੱਲੀ ਹੈ ਵੀਰੇ 66000 ਕਿਲੋਮੀਟਰ ਚੱਲੀ ਹੈ ਜੀ ਆਲ ਓਰੀਜਨਲ ਕਾਰ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਬਹੁਤ ਹੀ ਵਧੀਆ ਡੀਲਰਸ਼ਿਪ ਤੇ ਦੋਸਤੋ ਕਾਰ ਚੁਆਇਸ ਦੋਸਤੋ ਅਸੀਂ ਪਹੁੰਚੇ ਹੋਏ ਹਾਂਗੇ ਲੁਧਿਆਣਾ ਸਾਈਡ ਦੋਸਤੋ ਪੈਂਦਾ ਤੇ ਬਾਕੀ ਬਾਈ ਇਕਬਾਲ ਸਿੰਘ ਹੁਣ ਵੀਰ ਜੀ ਹੁਣੀ ਆਪਣੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਤੇ ਬਾਈ ਇੱਕ ਵਾਰ ਮਾੜਾ ਜਿਹਾ ਆਪਣਾ ਇੰਟਰੋਡਕਸ਼ਨ ਦੇ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਹਾਂਜੀ ਮੇਰਾ ਕਾਰ ਚੁਆਇਸ ਦੇ ਨਾਮ ਤੇ ਕਾਰ ਬਾਜ਼ਾਰ ਹੈ ਉਹਦੇ ਜੀ ਠੀਕ ਹੈ ਜੀ ਤੇ ਬਾਈ ਆਪਣੇ ਕੋਲ ਕਿੰਨੀਆਂ ਕੀ ਗੱਡੀਆਂ ਹੁੰਦੀਆਂ ਨੇ ਜੀ ਆਪਣੇ ਕੋਲ 10 ਤੋਂ 12 ਕਾਰਾਂ ਹਟਾ ਮੌਜੂਦ ਹੁੰਦੀਆਂ ਨੇ ਜੀ ਠੀਕ ਹੈ ਜੀ ਤੇ ਵਧੀਆ ਗੱਡੀਆਂ ਰੱਖਦੇ ਨਾ ਵੀਰੇ ਸਾਰੀਆਂ ਸੀਲਡ ਕਾਰਾਂ ਹੋਣਗੀਆਂ ਜੀ ਫੁੱਲ ਗਾਰੰਟੀ ਠੀਕ ਹੈ ਜੀ ਹਾਂਜੀ ਤੇ ਬਾਈ ਆਪਣੀ ਪਹਿਲਾਂ ਵੀਡੀਓ ਪਾਈ ਸੀ ਜਿਹੜੀ ਵਧੀਆ ਰਿਸਪਾਂਸ ਮਿਲਿਆ ਜੀ ਬਹੁਤ ਵਧੀਆ ਰਿਸਪਾਂਸ ਮਿਲਿਆ ਵੀ ਜੀ ਠੀਕ ਹੈ ਬਹੁਤ ਬੰਦੇ ਜੁੜੇ ਨੇ ਸਾਡੇ ਨਾਲ ਠੀਕ ਹੈ ਸਰ ਤੇ ਬਾਈ ਉਹਨਾਂ ਦੀ ਡੀਲਰਸ਼ਿਪ ਆ ਜਿਹੜੀ ਬਹੁਤ ਹੀ ਵਧੀਆ ਜੈਨੂਨ ਗੱਡੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਨਾ ਪਹਿਲਾਂ ਵੀ ਆਪਾਂ ਜਿਹੜੀ ਵੀਡੀਓ ਬਾਈ ਉਹਨਾਂ ਦੀ ਪੋਸਟ ਕਰੀ ਸੀਗੀ ਤੇ ਬਹੁਤ ਹੀ ਵਧੀਆ ਬਾਈ ਉਹਨਾਂ ਨੂੰ ਰਿਸਪਾਂਸ ਮਿਲਿਆ ਕਿਉਂਕਿ ਇਹ ਗੱਡੀਆਂ ਵਧੀਆ ਨੇ ਤਾਂ ਹੀ ਦੋਸਤੋ ਗਾਹਕ ਵੀ ਬਹੁਤ ਜੁੜੇ ਗੱਡੀਆਂ ਵਿਕੀਆਂ ਵੀ ਬਹੁਤ ਤੇ ਅੱਜ ਬਾਈ ਉਹਨਾਂ ਕੋਲ ਲਗਭਗ 7-8 ਗੱਡੀਆਂ ਜਿਹੜੀਆਂ ਖੜੀਆਂ ਨੇ ਬਾਕੀ ਕੁਝ ਕਾਰਾਂ ਜਿਹੜੀਆਂ ਸੇਲ ਹੋ ਗਈਆਂ ਨਵਾਂ ਸਟਾਕ ਬਾਈ ਉਹਨਾਂ ਨੂੰ ਲੈ ਕੇ ਆਉਣਗੇ ਸਟਾਕ ਜਿਵੇਂ ਤੁਹਾਨੂੰ ਪਤਾ ਵੀ ਅਪਡੇਟ ਜਿਹੜਾ ਹੁੰਦਾ ਰਹਿੰਦਾ ਤੇ ਇਹ ਤੋਂ ਸ਼ੁਰੂ ਕਰ ਲੈਨੇ ਆਪਾਂ ਨਾ ਵੀਰੇ ਕ੍ਰੇਟਾ ਨਾ ਵੀਰੇ ਇੱਕ ਕ੍ਰੇਟਾ ਘਰ ਆ ਜੀ ਹਾਂਜੀ 17 ਮਾਡਲ ਦਾ ਈ ਪਲੱਸ ਆ ਨਵੇਂ ਲਾਈਟ ਐਰ ਸਾਰੀ ਫਰੇਮ ਦੀ ਨਵੀਂ ਫਸਟ ਆਨਰ 66000 ਚੱਲੀ ਠੀਕ ਹੈ ਜੀ ਤੇ ਦੋਸਤੋ ਗੱਡੀ ਚੈੱਕ ਕਰੋ ਨਾ ਤੁਸੀਂ ਬਿਲਕੁਲ ਹੀ ਬ੍ਰਾਂਡ ਨਿਊ ਗੱਡੀ ਆ ਸਾਰੀ ਓਰੀਜਨਲ ਕਾਰ ਆ ਜੀ ਏ ਟੂ ਜ਼ੈਡ ਲਾਈਟਿੰਗ ਸਾਰਾ ਕੁਝ ਸੀਟ ਕਵਰ ਨਿਊ ਸਾਰਾ ਇੰਟੀਰੀਅਰ ਨਵਾਂ ਠੀਕ ਹੈ ਜੀ ਫਸਟ ਆਨਰ ਠੀਕ ਹੈ ਜੀ ਤੇ ਕਿੰਨਾ ਕੁ ਚੱਲੀ ਹੈ ਵੀਰੇ 66000 ਕਿਲੋਮੀਟਰ ਚੱਲੀ ਹੈ ਜੀ ਆਲ ਓਰੀਜਨਲ ਕਾਰ ਇਹ ਕਿੰਨੇ ਡੀਲ ਰਹੂਗੀ ਜੀ ਇਹ 880000 ਰੁਪਏ ਡਿਮਾਂਡ ਆ ਜੀ ਠੀਕ ਹੈ ਮੌਕੇ ਤੇ ਕਰ ਲਾਂਗੇ ਜਿਵੇਂ ਹੋਇਆ ਠੀਕ ਹੈ ਜੀ ਦੋਸਤੋ ਸਿਰਫ 880000 ਡਿਮਾਂਡ ਕਰਦੇ ਨੇ ਬਾਈ ਹੋਰੀ ਤੇ ਬਾਕੀ ਮਾਨਤਾਨ ਜਿਹੜਾ ਤੁਹਾਡਾ ਉਹ ਜ਼ਰੂਰ ਕੀਤਾ ਜਾਊਗਾ ਗੱਡੀ ਦਾ ਤੁਹਾਨੂੰ ਇੰਟੀਰੀਅਰ ਚੈੱਕ ਕਰਵਾ ਚੁੱਕੇ ਹਾਂ ਜੀ ਬਿਲਕੁਲ ਹੀ ਫਰੈਸ਼ ਇੰਟੀਰੀਅਰ ਪਿਆ ਤੇ ਗੱਡੀ ਦੀ ਕੰਡੀਸ਼ਨ ਬਹੁਤ ਹੀ ਸੋਹਣੀ ਆ ਅਲਾਇ ਬਹੁਤ ਘੈਂਟ ਲੱਗੇ ਹੋਏ ਨੇ ਤੇ ਟਾਇਰ ਤਾਂ ਵੀਰੇ ਨਵੇਂ ਪੈ ਜਾਣਾ ਬਿਲਕੁਲ ਬ੍ਰਾਂਡ ਨਿਊ ਟਾਇਰ ਨੇ ਜੀ ਬਿਲਕੁਲ 90 ਪੈਸੇ ਟਾਇਰ ਨੇ ਸਟਿਪਣੀਆਂ ਅਨਯੂਜ਼ ਠੀਕ ਹੈ ਜੀ ਸਟਿਪਣੀ ਅਨਯੂਜ਼ ਹੈ ਤੇ ਟਾਇਰ ਸਾਰੇ 90 ਪੈਸੇ ਦੋਸਤੋ ਟਾਇਰ ਪਏ ਨੇ ਬਹੁਤ ਹੀ ਘੈਂਟ ਗੱਡੀ ਰਹਿਣ ਵਾਲੀ ਆ ਕ੍ਰੇਟਾ ਦੀ ਡਿਮਾਂਡ ਬਹੁਤ ਆਪਣੇ ਕੋਲ ਤੇ ਵਾਈਟ ਕਲਰ ਦੇ ਵਿੱਚ ਦੋਸਤੋ 880000 ਵੀਰੇ 880000 ਰੁਪਏ 880000 ਡਿਮਾਂਡ ਆ ਜੀ ਬਾਕੀ ਮਾਨਤਾਨ ਜਿਵੇਂ ਤੁਹਾਨੂੰ ਕਹਿੰਦੇ ਹੁੰਦੇ ਆ ਵੀ ਜ਼ਰੂਰ ਕਰਵਾਵਾਂਗੇ ਆਪਣੇ ਚੈਨਲ ਦੇ ਥਰੂ ਹਨਾ ਵੀਰੇ ਜੇ ਕੋਈ ਆਪਣੇ ਚੈਨਲ ਦਾ ਨਾਮ ਲੈਂਦਾ ਤੁਹਾਡੇ ਚੈਨਲ ਦੇ ਥਰੂ ਉਹ ਤਾਂ ਬਹੁਤ ਵਧੀਆ ਮਾਨਤਾਨ ਕਰਾਂਗੇ ਠੀਕ ਹੈ ਥੈਂਕ ਯੂ ਤੁਹਾਡਾ ਇਹਨਾਂ ਕਰਨ ਦੇ ਲਈ ਤੇ ਇਸ ਤੋਂ ਬਾਅਦ ਹੀ i20 ਆ ਗਈ ਨਾ ਵੀਰੇ ਇਹ i20 ਆ ਗਈ ਜੀ ਹਾਂਜੀ 19 ਮਾਡਲ ਆ ਜੀ ਫਸਟ ਆਨਰ ਆ 82000 ਚੱਲੀ ਆ ਨਵੇਂ ਟਾਇਰ ਸਟਿਪਣੀਆਂ ਜੀ ਠੀਕ ਹੈ ਜੀ ਤੇ ਬਾਈ ਟਾਇਰ ਟੂਰ ਸਾਰੇ ਵਧੀਆ ਹੋਣ ਲੱਗੇ ਨਾ ਸਾਰੇ ਸਾਰੀ ਜੀ ਇੰਟੀਰੀਅਰ ਵਗੈਰਾ ਸਾਰਾ ਕੁਝ ਨਵਾਂ ਵਾਕਈ ਹੀ 82000 ਚੱਲੀ ਹੋਈ ਕਾਰ ਲੱਗਦੀ ਆ ਠੀਕ ਹੈ ਜੀ ਸਾਰੀ ਫਰੇਮ ਦੀ ਨਵੀਂ ਠੀਕ ਹੈ ਜੀ ਨਾਨ ਐਕਸੀਡੈਂਟਲ ਕਾਰ ਹੈ ਲਓ ਜੀ ਦੋਸਤੋ ਚੈੱਕ ਕਰੋ ਜੀ ਤੇ ਬਹੁਤ ਹੀ ਘੈਂਟ ਗੱਡੀ ਆ ਦੋਸਤੋ ਇੰਟੀਰੀਅਰ ਬਹੁਤ ਹੀ ਵਧੀਆ ਬ੍ਰਾਂਡ ਦੇ ਇੰਟੀਰੀਅਰ ਆ ਤੇ ਟਾਇਰ ਨਾਲ ਦੇ ਨੇ ਬਿਲਕੁਲ ਬਿਲਕੁਲ ਨਵੇਂ ਟਾਇਰ ਨੇ ਤੇ ਸਟਿਪਣੀ ਆ ਜਿਹੜੀ ਅਨਯੂਜ਼ਡ ਹੈ ਤੇ ਇਹ ਕਿੰਨੇ ਦੀ ਰਹਿਣ ਵਾਲੀ ਹੈ ਸਰ ਇਹ ਸਰ 7.5 ਲੱਖ ਰੁਪਇਆ ਡਿਮਾਂਡ ਹੈ ਇਹਦੀ ਹਾਂਜੀ ਬਾਕੀ ਮੌਕੇ ਤੇ ਕਰ ਲਾਂਗੇ ਜੀ ਜਿਵੇਂ ਹੋਇਆ ਦੋਸਤੋ ਇਹਦੀ 7.5 ਲੱਖ ਡਿਮਾਂਡ ਕਰਦੇ ਨੇ ਜੀ ਬਾਕੀ ਮਾਨਤਾਨ ਇਹਦੇ ਵਿੱਚ ਵੀ ਤੁਹਾਡਾ ਜ਼ਰੂਰ ਕੀਤਾ ਜਾਊਗਾ ਗੱਡੀ ਇਹ ਵੀ ਬਹੁਤ ਸੋਹਣੀ ਹੈਗੀ ਤੇ ਬਾਈ ਉਰੀ ਮੇਰਾ ਵੀ ਚੰਗੀਆਂ ਕਾਰਾਂ ਤੇ ਜਾਵੇ ਹਨਾ ਡੀਲ ਕਰਦੇ ਸਾਰੀਆਂ ਸੀਲਡ ਕਾਰਾਂ ਹੋਣਗੀਆਂ ਜੇ ਬੰਦਾ ਕੋਈ ਸਾਡੇ ਆ ਕੇ ਐਕਸੀਡੈਂਟ ਕਾਰ ਕੱਢ ਦਵੇ ਹਾਂਜੀ ਅਸੀਂ ਉਹਦੇ ਹੱਕਦਾਰਾਂ ਦੇਣ ਦਾ ਖਰਚਾ ਦਵਾਂਗੇ ਉਹਦਾ ਠੀਕ ਹੈ ਮਤਲਬ ਆਉਣ ਜਾਣ ਦਾ ਅਗਲਾ ਖਰਚਾ ਤੇ ਹੀ ਦੋਰੋਂਗੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਵਰਨਾ ਆ ਗਈ ਜੀ ਵਰਨਾ ਦੇ ਦੀਵਾਨੇ ਬਹੁਤ ਨੇ ਹਨਾ ਬਹੁਤ ਜ਼ਿਆਦਾ ਵਰਨਾ ਨੂੰ ਲੋਕ ਪਸੰਦ ਵੀ ਕਰਦੇ ਨੇ ਤੇ ਕੀ ਡਿਟੇਲਸ ਨੇ ਵੀਰੇ ਦੀ ਵਰਨਾ ਜੀ 12 ਮਾਡਲ ਆ ਇਹ ਹਾਂਜੀ ਇਹ ਥਰਡ ਆਨਰ ਕਾਰ ਸੀਗੀ ਵੈਸੇ ਸੇਲ ਹੋ ਗਈ ਆ ਕੱਲ ਪਰਸੋਂ ਨੂੰ ਸਾਡੇ ਕੋਲ ਹੋਰ ਕਾਰ ਆ ਜੂਗੀ ਠੀਕ ਹੈ ਜੀ ਨਵੇਂ ਲਾਈਟ ਆਰ ਸੀਗੇ ਇੰਟੀਰੀਅਰ ਦੀ ਜਮਾ ਹੀ ਨਵੀਂ ਸੀਗੀ ਓਕੇ ਜੀ ਹਾਂਜੀ ਇਹ ਕੱਲ ਪਰਸੋਂ ਨੂੰ ਹੋਰ ਕਾਰ ਆ ਜਾਣੀ ਹੈ ਠੀਕ ਹੈ ਜੀ ਤੇ ਉਹ ਕਿੰਨਾ ਮਾਡਲ ਆ ਵੀਰੇ ਜਿਹੜੀ ਤੁਸੀਂ ਉਹ 12 ਮਾਡਲ ਹੈ ਠੀਕ ਹੈ 12 ਮਾਡਲ ਠੀਕ ਹੈ ਜੀ ਤੇ ਉਹ ਸੇਮ ਕਲਰ ਦੀ ਆ ਜਾਂ ਵਾਈਟ ਸੇਮ ਕਲਰ ਆ ਜੀ ਵਾਈਟ ਵੀ ਆ ਜੂਗੀ ਵਾਈਟ ਦੇਖਣ ਗਏ ਸੀ ਉਹ ਵਧੀਆ ਨਹੀਂ ਨਿਕਲੀ ਕੱਲ ਨੂੰ ਪਰਸੋਂ ਨੂੰ ਆ ਜੂਗੀ ਠੀਕ ਹੈ ਜੀ ਮਤਲਬ ਜਿਹੜੀ ਹੁਣ ਸੇਮ ਕਲਰ ਦੀ ਆਊਗੀ ਹਾਂਜੀ ਹਾਂਜੀ ਠੀਕ ਹੈ ਸੇਮ ਕਲਰ ਦੀ ਕਾਰ ਆ ਠੀਕ ਹੈ ਜੀ ਉਹਦੀ ਕੀ ਡਿਮਾਂਡ ਰਹੂਗੀ ਜੀ ਉਹਦੀ ਡਿਮਾਂਡ 4 ਲੱਖ ਰੁਪਏ ਆ ਜੀ ਇਹਦੀ ਡਿਮਾਂਡ ਸੀਗੀ 4.25 ਲੱਖ ਇਹਦੀ 4.25 ਡਿਮਾਂਡ ਸੀ ਉਹਦੇ ਲਾਈਟਰ ਨਹੀਂ ਹੈਗੇ ਉਹ ਫਰੇਮ ਸਾਰਾ ਨਵਾਂ ਠੀਕ ਹੈ ਜੀ ਸਾਰੀ ਨਵੀਂ ਠੀਕ ਹੈ ਜੀ ਦੋਸਤੋ ਗੱਡੀ ਬਿਲਕੁਲ ਸੇਮ ਮਿਲੂ ਹਣਾ ਬਸ ਉਹਦੇ ਲਾਈਟ ਅਲਾਏ ਨਹੀਂ ਹੈਗੀ ਮਤਲਬ
ਤੇ ਟਾਇਰਾਂ ਦੀ ਕੰਡੀਸ਼ਨ ਉਹਦੀ ਵੀ ਚੰਗੀ ਹੋਣਾ, ਕੰਡੀਸ਼ਨ ਨਵੇਂ ਜੀ। ਠੀਕ ਹੈ ਜੀ, ਤੇ 4 ਲੱਖ ਉਹਦੀ ਡਿਮਾਂਡ ਆ ਜੀ, ਤੇ ਬਾਕੀ ਮਾਨ ਤਾਂ ਉਹਦੇ ਚ ਵੀ ਹੈ ਨਾ ਵੀਰੇ? ਬਿਲਕੁਲ ਹੋ ਜੂਗਾ ਜੀ। ਠੀਕ ਹੈ ਜੀ, ਤੇ ਇਸ ਤੋਂ ਬਾਅਦ ਡਿਜ਼ਾਇਰ ਆ ਗਈ ਆਪਣੇ ਕੋਲ ਹੈ ਨਾ ਜੀ। ਹਾਂਜੀ, ਤੇ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਹੈ ਨਾ, ਬਿਲਕੁਲ ਹੀ ਫਰੈਸ਼ ਗੱਡੀ ਆ ਗਈ ਜਿਵੇਂ ਤੁਸੀਂ ਦੇਖ ਪਾ ਰਹੇ ਹੋਗੇ, ਬਹੁਤ ਹੀ ਵਧੀਆ ਗੱਡੀਆਂ ਬਾਈ ਨੇ। ਮੈਂ ਆਪਾਂ ਨੂੰ ਸ਼ੁਰੂ ਦੇ ਵਿੱਚ ਹੀ ਕਿਹਾ ਵੀ ਆਪਣੇ ਕੋਲ ਸਿਰਫ ਚੰਗੀਆਂ ਗੱਡੀਆਂ ਮਿਲਣਗੀਆਂ, ਜੇ ਤੁਸੀਂ ਸਸਤੀ ਗੱਡੀ ਲੱਭ ਰਹੇ ਹੋ ਤਾਂ ਬਾਈ ਉਹਨਾਂ ਨੂੰ ਬੇਸ਼ੱਕ ਕਾਲ ਨਾ ਕਰੇ, ਪਰ ਜੇ ਚੰਗੀ ਗੱਡੀ ਲੱਭ ਰਹੇ ਹੋ ਆਪਣੀ ਫੈਮਿਲੀ ਵਾਸਤੇ ਫਿਰ ਹਨਾ ਮੋਸਟ ਵੈਲਕਮ। ਸਹੀ ਗੱਲ ਹੈ, ਸਹੀ। ਤੇ ਇਹਦੀ ਡਿਟੇਲ ਦਿਓ, ਫੁੱਲ ਗਾਰੰਟੀ ਨੋਨ ਐਕਸੀਡੈਂਟਲ। ਠੀਕ ਹੈ, ਨਾਮ ਕਿਰਾਏ ਬਿਨਾ ਅਸੀਂ ਕਾਰ ਨਹੀਂ ਦੇਣੀ, ਦੁਬਾਰਾ ਮੈਂ ਇਹੀ ਗੱਲ ਕਹਿ ਰਿਹਾ। ਠੀਕ ਹੈ ਜੀ, ਅਸੀਂ ਨਾਮ ਕਿਰਾਏ ਬਿਨਾ ਉਹ ਕਾਰ ਨਹੀਂ ਭੇਜਦੇ। ਠੀਕ ਹੈ ਜੀ, ਹਾਂਜੀ ਦੋਸਤੋ, ਤੁਸੀਂ ਕੋਈ ਵੀ ਕਾਰ ਤੁਹਾਨੂੰ ਪਸੰਦ ਆਉਂਦੀ ਆ, ਕੋਈ ਸੌਦਾ ਤੁਸੀਂ ਬਾਈ ਉਹਨਾਂ ਨਾਲ ਕਰਦੇ ਹੋ ਤਾਂ ਨਾਮ ਕਰਾਉਣ ਤੋਂ ਬਾਅਦ ਹੀ ਗੱਡੀ ਆ ਜਿਹੜੀ ਤੁਹਾਨੂੰ ਦਿੱਤੀ ਜਾਊਗੀ। ਇਹ ਬਾਈ ਉਹਨਾਂ ਨੇ ਜਿਹੜੀ ਪਹਿਲੀ ਵੀਡੀਓ ਦੇ ਵਿੱਚ ਵੀ ਇਹ ਸ਼ਰਤ ਤੁਹਾਨੂੰ ਪਹਿਲਾਂ ਹੀ ਦੱਸਤੀ ਸੀ, ਤੇ ਇਸ ਵਾਰ ਵੀ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਵੀ ਨਾਮ ਕਰਾ ਕੇ ਹੀ ਗੱਡੀ ਆ ਜਿਹੜੀ ਤੁਹਾਨੂੰ ਮਿਲੂਗੀ। ਤੇ ਇਹਦੀ ਸਰ ਕੀ ਡਿਟੇਲ ਆ ਜੀ? ਇਹਦੀ 3.5 ਲੱਖ ਰੁਪਈਆ ਡਿਮਾਂਡ ਹੈ ਜੀ। ਇਹ ਕਿੰਨਾ ਮਾਡਲ ਆ ਸਰ? ਇਹ 12 ਮਾਡਲ ਆ ਜੀ। ਹਾਂਜੀ, ਇਹ ਸਾਡੇ ਆਪਦੇ ਨਾਮ ਤੇ ਆ ਜੀ, ਇਹਦਾ ਨੰਬਰ ਲੱਗਿਆ ਹੋਇਆ। ਠੀਕ ਹੈ ਜੀ, ਪਲਟੀ ਹੋਇਆ ਆ ਦਿੱਲੀ ਤੋਂ, ਪਰ ਕਾਰ ਸਾਰੀ ਸੀਲਡ ਆ ਜੀ। ਠੀਕ ਹੈ ਜੀ, ਇੱਕੋ ਹੀ ਕਾਰ ਖੜੀ ਆ, ਅਸੀਂ ਪਲਟੀ ਨੰਬਰ ਦਾ ਕੰਮ ਨਹੀਂ ਕਰਦੇ, ਪਰ ਇਹ ਸਾਡੀ ਪੁਰਾਣੀ ਸਟਾਕ ਦੇ ਵਿੱਚ ਖੜੀ ਆ ਕਾਰ, ਇਸ ਕਰਕੇ। ਠੀਕ ਹੈ ਜੀ, 3.5 ਲੱਖ ਰੁਪਏ ਦੀ ਆਪਾਂ ਡਿਮਾਂਡ ਕਰੀ। ਠੀਕ ਹੈ ਜੀ ਦੋਸਤੋ, ਸਿਰਫ 3.5 ਲੱਖ ਡਿਮਾਂਡਿੰਗ ਰੇਟ ਆ, ਬਾਕੀ ਮਾਨ ਤਾਨ ਜਿਹੜਾ ਇਹਦੇ ਵਿੱਚ ਵੀ ਜ਼ਰੂਰ ਕਰਵਾਵਾਂਗੇ। ਤੇ ਗੱਡੀ ਇਹ ਵੀ ਬਹੁਤ ਸੋਹਣਾ ਬਾਈ ਹੁਣੇ ਆਪ ਚਲਾਉਣੇ ਹਨਾ ਬਾਈ ਜ਼ਿਆਦਾ? ਹਾਂਜੀ ਹਾਂਜੀ, ਆਪਦੇ ਨਾਮ ਤੇ ਆ ਬਾਈ ਦੇ, ਤੇ ਆਪ ਬਾਈ ਹੁਣੇ ਜ਼ਿਆਦਾ ਚਲਾਉਂਦੇ ਨੇ ਗੱਡੀ ਨੂੰ। ਤੇ ਇਸ ਤੋਂ ਬਾਅਦ ਆਪਣੇ ਕੋਲ ਵੈਗਨਰ ਆ ਗਈ ਜੀ, ਤੇ ਇਹਦੀ ਦਿਓ ਬਾਈ ਡਿਟੇਲ। ਵੈਗਨਰ 8 ਮਾਡਲ ਆ ਜੀ। ਹਾਂਜੀ, ਸੈਕਿੰਡ ਓਨਰ ਆ। ਠੀਕ ਹੈ ਜੀ, ਤੇ ਔਰ ਇਹਦੀ 3.5 ਲੱਖ ਰੁਪਈਆ ਡਿਮਾਂਡ ਆ ਜੀ। ਠੀਕ ਹੈ ਜੀ, ਕਾਰ ਫਰੇਮ ਦੀ ਸਾਰੀ ਨਵੀਂ ਆ ਜੀ, ਐਲਪੀਜੀ ਕਿੱਟ ਲੱਗੀ ਆ, ਪਰ ਇਸ ਟਾਈਮ ਵਿੱਚ ਨਹੀਂ ਹੈਗਾ ਡਰਮ, ਉਹ ਲੈ ਕੇ ਦਵਾਂਗੇ ਕਸਟਮਰ ਕਹਿੰਦਾ ਦੇ ਦਾਂਗੇ। ਠੀਕ ਹੈ ਜੀ, ਤੇ ਇਹਦੀ ਪਾਸਿੰਗ ਪੂਸਿੰਗ ਮਿਲ ਜੂਗੀ? ਪਾਸਿੰਗ ਹੈਗੀ ਆ ਜੀ। ਠੀਕ ਹੈ ਜੀ, ਪਾਸਿੰਗ ਅਜੇ ਪਈ ਆ 8ਵੇਂ ਮਹੀਨੇ ਤੱਕ। ਠੀਕ ਠੀਕ ਹੈ ਜੀ, ਤੇ ਦੋਸਤੋ ਗੱਡੀ ਚੈੱਕ ਕਰੋ ਤੁਸੀਂ, ਇਹ ਵੀ ਬਹੁਤ ਵਧੀਆ 2008 ਮਾਡਲ, ਤੇ 3.5 ਲੱਖ ਕਿਹਾ ਜੀ? ਹਾਂਜੀ, 3.5 ਲੱਖ ਰੁਪਈਆ ਡਿਮਾਂਡ ਆ, ਬਾਕੀ ਮੌਕੇ ਤੇ ਕਰ। ਠੀਕ ਹੈ ਦੋਸਤੋ, 3.5 ਲੱਖ ਡਿਮਾਂਡਿੰਗ ਰੇਟ ਆ ਜੀ, ਬਾਕੀ ਮੌਕੇ ਤੇ ਮਾਨ ਤਾਨ ਜਿਵੇਂ ਤੁਹਾਨੂੰ ਕਹਿਣੇ ਹੋਣੇ ਉਹ ਤਾਂ ਹੋ ਜਾਊਗਾ ਹਨਾ। ਤੇ ਗੱਡੀ ਇਹ ਵੀ ਬਹੁਤ ਚੰਗੀ ਹੈ ਜੀ, ਤੇ ਇਸ ਤੋਂ ਬਾਅਦ ਬਲੈਰੋ ਆ ਗਈ, ਤੇ ਇਹਦੀ ਬਹੁਤ ਡਿਮਾਂਡ ਰਹਿੰਦੀ ਆ ਕਿਉਂਕਿ ਸਰਕਾਰੀ ਅਫਸਰਾਂ ਕੋਲ ਜ਼ਿਆਦਾ ਇਹੀ ਗੱਡੀ ਚੱਲਦੀ ਆ, ਤੇ ਬਹੁਤ ਜਣਾਂ ਦੀ ਫੇਵਰਿਟ ਵੀ ਰਹਿੰਦੀ ਆ। ਤੇ ਇਹਦੀਆਂ ਬਾਈ ਜੀ ਕੀ ਡਿਟੇਲਸ ਨੇ? ਬਲੈਰੋ ਜੀ 11 ਮਾਡਲ ਆ, ਸੈਕਿੰਡ ਓਨਰ ਆ, ਇੰਸ਼ੋਰੈਂਸ ਵੈਲਿਡ ਆ, 3 ਮਹੀਨੇ ਤੱਕ, 3 ਮਹੀਨੇ ਤੱਕ, ਸਾਰੀ ਓਰੀਜਨਲ ਕਾਰ ਆ ਜੀ, ਇਕੱਲੇ ਫੱਟੇ ਫੱਟੇ ਪੇਂਟ ਨੇ ਇਹਦੇ। ਠੀਕ ਹੈ ਜੀ, ਸਾਰੀ ਓਰੀਜਨਲ ਆ ਜੀ? ਸਾਰੀ ਓਰੀਜਨਲ। ਤੇ ਬਾਈ ਲਾਏ ਵੀ ਬਹੁਤ ਸੋਹਣੇ ਲੱਗੇ ਹੋਏ ਨੇ? ਲਾਏ ਬਹੁਤ ਸੋਹਣੇ ਲੱਗੇ ਹੋਏ ਨੇ, ਟਾਇਰ ਨਵੇਂ। ਹਾਂ, ਟਾਇਰ ਬਿਲਕੁਲ, ਦੋਸਤੋ ਜਿੰਨੀਆਂ ਗੱਡੀਆਂ ਦਿਖਾਈਆਂ ਨੇ ਟਾਇਰ ਸਾਰੀਆਂ ਦੀ ਬਿਲਕੁਲ ਨਵੇਂ ਹੀ ਨੇ ਤਕਰੀਬਨ। ਤੇ ਇਹਦੇ ਟਾਇਰ ਚੈੱਕ ਕਰੋ ਤੁਸੀਂ, ਕਿੰਨੀ ਸੋਹਣੀ ਲਾਏ ਲੱਗੇ ਹੋਏ ਨੇ, ਤੇ ਟਾਇਰ ਬਹੁਤ ਸੋਹਣੇ ਨੇ ਗੱਡੀ ਦੇ। ਤੇ ਬਾਈ ਕਹਿੰਦਾ ਵੀ ਆਲ ਓਰੀਜਨਲ ਆ ਗੱਡੀ, ਬੰਪਰ ਪੇਂਟ ਨੇ ਨਾ ਬਾਈ? ਗੱਲ ਬੰਪਰ ਤੇ ਫੱਟੇ ਵਾਲੇ ਦਾਲੇ ਵਾਲੇ ਹਰੇ ਹਰੇ ਜੀ ਪੇਂਟ ਨੇ, ਬਾਕੀ ਸਾਰੀ ਓਰੀਜਨਲ ਆ ਜੀ ਟੋਟਲ। ਓਕੇ ਸਰ, ਓਕੇ ਜੀ। ਤੇ ਇਹ ਕਿੰਨੇ ਦੀ ਬਣੂਗੀ ਜੀ? ਇਹ ਜੀ ਮੰਗਦਾ 3.5 ਲੱਖ ਰੁਪਈਆ ਡਿਮਾਂਡ ਆ ਜੀ। ਹਾਂਜੀ ਹਾਂਜੀ, ਇਹਦੇ ਵਿੱਚ ਬਾਕੀ ਮੌਕੇ ਤੇ ਕਰ ਲਾਂਗੇ। ਠੀਕ ਹੈ ਜੀ ਦੋਸਤੋ, ਕਸਟਮਰ ਦੀ ਕਾਰ ਆ ਜੀ? ਕਿਸੇ ਕਸਟਮਰ ਦੀ? ਕਸਟਮਰ ਦੀ ਆਈ ਹੋਈ ਹੈ ਸਾਡੇ ਕੋਲ ਕਾਰ, ਇਹ ਆਪਦੀ ਕਾਰ ਨਹੀਂ ਹੈਗੀ। ਠੀਕ ਹੈ, 3.5 ਲੱਖ ਰੁਪਈਆ ਉਹ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ, ਬਾਕੀ ਚਲੋ ਅਗਲਾ ਮਾੜੇ ਮੋਟੇ ਘਟਾ ਲੈਂਦਾ। ਹਾਂਜੀ, ਮਾੜੇ ਮੋਟੇ ਘਟਾ ਲੂਗਾ। ਠੀਕ ਹੈ ਦੋਸਤੋ, 3.5 ਲੱਖ ਡਿਮਾਂਡ ਆ ਜੀ, ਤੇ ਅਲਾਏ ਬਹੁਤ ਸੋਹਣੇ ਨੇਗੇ ਹੈ ਨਾ, ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਸਾਨੂੰ 4 ਚੈੱਕ ਕਰਾ ਦਿੰਦੇ ਆ, ਵਧੀਆ ਨੇ ਸਾਰੀ, ਤੇ ਬਹੁਤ ਹੀ ਵਧੀਆ ਗੱਡੀ ਆ ਵੀ, ਬਣਦੀ ਠਣ ਦੀ ਗੱਡੀ ਹੈਗੀ। ਤੇ ਸਿਰਫ 3.5 ਲੱਖ ਡਿਮਾਂਡ ਕਰਦੇ ਨੇ, ਬਾਕੀ ਬਾਈ ਉਹਰੀ ਮਾਨ ਤਾਂ ਜ਼ਰੂਰ ਕਰਵਾ ਦੇਣਗੇ। ਤੇ ਇਸ ਤੋਂ ਬਾਅਦ ਆਪਣੇ ਕੋਲ ਸਵਿਫਟ ਆ ਗਈ ਜੀ, ਤੇ ਇਹਦੀ ਵੀ ਬਹੁਤ ਡਿਮਾਂਡ ਰਹਿੰਦੀ ਹੈਗੀ। ਤੇ ਇਹਦੀਆਂ ਕੀ ਡਿਟੇਲਸ ਨੇ ਸਰ? ਇਹਦੇ ਨਵੇਂ ਟਾਇਰ ਜੀ, ਸੀਲਡ ਕੰਪਨੀ ਦੇ ਲੱਗੇ ਹੋਏ ਨੇ, ਚੌਕੜਾ ਨਵਾਂ ਲੱਗਿਆ ਹੋਇਆ। ਠੀਕ ਹੈ ਜੀ, ਇੰਟੀਰੀਅਰ ਦੀ ਸਾਰੀ ਨਵੀਂ ਆ, ਸਾਰੀ ਸੀਲਡ। ਓਕੇ ਜੀ, ਮਾੜੀ ਮੋਟੀ ਸਕ੍ਰੈਚ ਪੇਂਟ ਹੈਗੀ ਹੈ ਜੀ। ਓਕੇ ਸਰ, ਬਾਕੀ ਸਾਰੀ ਕਾਰ ਓਰੀਜਨਲ। ਠੀਕ ਹੈ ਜੀ, ਤੇ ਦੋਸਤੋ ਗੱਡੀਆਂ ਤਕਰੀਬਨ ਬਾਈ ਉਹਨਾਂ ਕੋਲ ਸਾਰੀਆਂ ਓਰੀਜਨਲ ਨੇ, ਸਾਰੀਆਂ ਜੈਨੂਨ ਗੱਡੀਆਂ ਨੇਗੀਆਂ। ਅੱਛਾ, ਜਿੰਨੀ ਕੁ ਗੱਲ ਹੋ ਬਾਈ ਦੱਸ ਕੇ ਦੇਵਾਂਗੇ ਹਨਾ? ਹਾਂਜੀ ਹਾਂਜੀ, ਦੱਸ ਕੇ ਦਵਾਂਗੇ। ਸਾਡੇ ਕੋਲੋਂ ਕਾਰ ਲਿਜਾ ਕੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਜਾ ਕੇ ਸਰਵਿਸ ਕਰਾਉਣੀ ਆ ਤੇ ਤੇਲ ਪਾਉਣਾ ਚਲੋ। ਠੀਕ ਹੈ ਜੀ, ਕੋਈ ਐਕਸੀਡੈਂਟ ਦਾ ਲਾਂਭਾ ਨਹੀਂ ਆਊਗਾ, ਕਾਸੇ ਦਾ ਲਾਂਭਾ ਨਹੀਂ। ਠੀਕ ਹੈ, ਫਿਰ ਵੀ ਬੰਦਾ ਕੋਈ ਆ ਕੇ ਸਾਨੂੰ ਕੰਪਲੇਂਟ ਕਰਦਾ ਤਾਂ ਅਸੀਂ ਉਹਦੇ ਵਾਪਸ ਲੈਣ ਦੇ ਹੱਕਦਾਰ। ਠੀਕ ਹੈ ਜੀ, ਤੇ ਦੋਸਤੋ ਬਾਈ ਪੂਰੀ ਜ਼ਿੰਮੇਵਾਰੀ ਲੈ ਰਹੇ ਨੇ, ਇਸ ਗੱਲ ਦੀ ਜ਼ਿੰਮੇਵਾਰੀ ਤਾਂ ਹੀ ਲੈਤੀ ਜਾਂਦੀ ਹੈ ਜੇ ਗੱਲ ਮਤਲਬ ਅਸਲ ਸੱਚਾਈ ਹੋਊਗੀ ਗੱਲ ਦੇ ਵਿੱਚ, ਝੂਠ ਬੋਲ ਕੇ ਕਦੇ ਜ਼ਿੰਮੇਵਾਰੀ ਨਹੀਂ ਲੈਤੀ ਜਾਂਦੀ, ਕਿਉਂਕਿ ਫਿਰ ਪੱਕੀ ਦੁਕਾਨ ਆ, ਐ ਨਹੀਂ ਹੈਗਾ ਵੀ ਕੋਈ ਇਧਰ ਉਧਰ ਜਾਣ ਵਾਲਾ ਹਨਾ। ਬਾਈ ਕਾਰਗੁਜ਼ਾਰ ਆ ਜੀ, ਆਪਦੀ ਜਗ੍ਹਾ 'ਚ ਬੈਠੇ ਆ। ਠੀਕ ਹੈ ਜੀ, ਠੀਕ ਹੈ, ਤੇ ਤੁਹਾਨੂੰ ਪਤਾ ਵੀ ਅੱਜ ਦੇ ਟਾਈਮ ਦੇ ਵਿੱਚ ਬਾਈ ਨਾਮ ਬਣਾਉਣ ਨੂੰ ਬਹੁਤ ਟਾਈਮ ਲੱਗ ਗਿਆ, ਬਹੁਤ ਟਾਈਮ ਲੱਗਦਾ। ਬਿਲਕੁਲ ਜੀ ਬਿਲਕੁਲ, ਖਰਾਬ ਕਰਨ ਨੂੰ ਇੱਕ ਜਣ ਨੂੰ ਮਾੜੀ ਦੇ ਦਿਓ, ਸਾਰੇ ਨਾਲ ਦੇ ਬੰਦੇ ਨੇ ਉਹ 25 ਸਾਲ ਦਾ ਐਕਸਪੀਰੀਅੰਸ ਆ ਜੀ ਜਿਹੜੇ। ਬਿਲਕੁਲ ਬਿਲਕੁਲ, ਪਹਿਲਾਂ ਬਾਈ
ਤੇ ਇਹ ਕਿੰਨੇ ਚ ਬਣੂਗੀ ਜੀ? ਇਹ 3.5 ਲੱਖ ਰੁਪਏ ਦੀ ਬਣਨੀ ਹੈ ਜੀ। ਹਾਂ ਜੀ, ਨਾ ਠੀਕ ਆ, ਇਹ ਯੈਸ ਔਰ ਨੋ ਵਾਲਾ ਰੇਟ ਹੈ। ਮੌਕੇ ਤੇ 5-4 ਹਜ਼ਾਰ ਦਾ ਇੱਧਰ ਮਾੜਾ ਮੋਟਾ ਹੋ ਜਾਣੀ, ਇਹ ਚ ਬਾਲਾ ਨਹੀਂ ਹੈਗਾ। ਬਾਲਾ ਨਹੀਂ ਠੀਕ ਹੈ ਜੀ। ਤੇ ਜੀ ਚ ਬਾਲਾ ਮਾਈ 10-5 ਵਾਲਾ ਹੈਗਾ ਤਾਂ ਉਹ ਬਾਈ ਹੋਰੀ ਕਰ ਦੇਣਗੇ ਨੈਗੋਸ਼ੀਏਬਲ ਆ। ਤੇ ਇਹ ਚ ਮਾੜਾ ਮੋਟੇ ਹੋ ਜਾਣੀ, ਉਹ ਵੀ ਆਪਣੇ ਚੈਨਲ ਦੇ ਅੱਜ ਤੁਸੀਂ ਆਉਣੇ ਹੋਗੇ ਤਾਂ ਉਹ ਮਾਨਤਾ ਨੇ ਹਨਾ ਜੀ। ਹਾਂ ਜੀ ਹਾਂ, ਉਹ ਵੈਸੇ 3.5 ਯੈਸ ਔਰ ਨੋ ਵਾਲੀ ਰੇਟ ਹੈ। ਯੈਸ ਔਰ ਨੋ ਵਾਲਾ ਠੀਕ ਹੈ ਜੀ। ਤੇ ਬਾਈ ਆਪਾਂ ਦੋਨੋਂ ਭਗ ਚੱਲਦੇ ਹਨਾ, ਲੋਨ ਵਗੈਰਾ ਦੀ ਨਾਲੇ ਗੱਲਬਾਤ ਕਰ ਲੈਣੇ ਹੈਗੇ। ਤੇ ਦੋਸਤੋ ਗੱਡੀਆਂ ਚੈੱਕ ਕਰੋ ਤੁਸੀਂ ਸਾਰੀਆਂ ਬਾਈ, ਉਹਨਾਂ ਕੋਲ ਵਧੀਆ ਹੀ ਹੁੰਦੀਆਂ ਨੇ। ਤੇ ਬਾਈ ਇਸ ਤੋਂ ਇਲਾਵਾ ਵੀ ਆਪਣੇ ਕੋਲ ਹੋਰ ਗੱਡੀਆਂ ਹੁੰਦੀਆਂ ਨੇ ਹਨਾ? ਆ ਜਾਣਗੀਆਂ, ਇੱਕ ਡਿਜ਼ਾਇਰ ਤਿਆਰ ਹੋਣੀ ਗਈ ਹੋਈ ਹੈ ਜੀ। ਠੀਕ ਹੈ ਜੀ, 15 ਮਾਡਲ ਜੈਡੀਏ ਪਲੱਸ ਜੀ। ਹਾਂਜੀ, ਜਮਾਂ ਹੀ ਨਵੀਂ ਕਾਰ ਆ ਜੀ, ਉਹ ਵੀ ਸੈਕਿੰਡ ਓਨਰ ਆ, ਇੰਸ਼ੋਰੈਂਸ ਵੈਲਿਡ ਆ। ਠੀਕ ਹੈ ਜੀ। ਹਾਂਜੀ, ਦੋਨੇ ਚਾਬੀਆਂ, ਸਰਵਿਸ ਬੁੱਕ ਸਾਰਾ ਕੁਝ ਨਾਲ ਆ ਜੀ ਉਹਦਾ। ਠੀਕ ਹੈ ਜੀ, ਜੈਡੀਏ ਪਲੱਸ। ਦੋਸਤੋ ਬਹੁਤ ਹੀ ਜ਼ਿਆਦਾ ਜੈਨੂਇਨ ਡੀਲਰਸ਼ਿਪ ਆ ਹਨਾ, ਤੇ ਜਿਵੇਂ ਤੁਸੀਂ ਦੇਖ ਪਾ ਰਹੇ ਹੋਗੇ ਕਾਰ ਚੁਆਇਸ। ਤੇ ਬਾਈ ਉਹਨਾਂ ਤੋਂ ਆਪਾਂ ਲੋਨ ਵਗੈਰਾ ਦਾ ਸੀਨ ਪੁੱਛ ਲੈਂਦੇ ਹਾਂ ਵੀ ਲੋਨ ਕਰਵਾ ਦਿੰਦੇ ਹੋ ਬੈਂਕ ਤੋਂ ਕਰਾਉਣਾ ਜਾਂ ਪ੍ਰਾਈਵੇਟ ਕਿਵੇਂ ਆ ਸਰ, ਕੀ ਸੀਨ ਰਹਿੰਦਾ ਜੀ ਲੋਨ ਦਾ? ਲੋਨ ਦੇ ਵਿੱਚ ਸਰ ਸਾਡੇ ਕੋਲ ਬੈਂਕਾਂ ਨਾਲ ਟਾਈ ਆਪਾਂ, ਏਜੂ ਹੋ ਗਿਆ ਜਿਵੇਂ ਐਸਕੇ ਹੋ ਗਈ, ਹਾਂਜੀ, ਇਹਨਾਂ ਨਾਲ ਸਾਡਾ ਟਾਈ ਆਪਾਂ, ਉਹਦੇ ਤੋਂ ਅਸੀਂ ਲੋਨ ਕਰਵਾ ਦਿੰਦੇ ਹਾਂ। ਕਸਟਮਰ ਦੀ ਸਾਹਮਣੇ ਬੈਠ ਕੇ ਡੀਲ ਕਰਾ ਦਿੰਦੇ ਹਾਂ ਵੀ ਸਾਰਾ ਕੁਝ, ਆਪਣਾ ਡਿਟੇਲ ਪੁੱਛ ਲਓ ਕਿੰਨਾ ਕਿਸ ਤਰ੍ਹਾਂ ਬਣੂਗੀ, ਕਿੰਨਾ ਲੋਨ ਹੋਊਗਾ, ਠੀਕ ਹੈ ਜੀ, ਸਾਰੀ ਡਿਟੇਲ ਸਾਹਮਣੇ ਕਰਾ ਦਿੰਦੇ। ਠੀਕ ਹੈ ਜੀ, ਬਿਲਕੁਲ, ਮਤਲਬ ਵੀ ਪਾਰਦਰਸ਼ੀ ਕੰਮ ਹੋ ਗਿਆ ਜੀ, ਪੱਕਾ ਜੀ। ਉਹਨਾਂ ਦੇ ਸਾਹਮਣੇ ਬੰਦੇ ਨੇ, ਹਰੇਕ ਬੰਦੇ ਨੇ ਦੇਖਣਾ ਵੀ ਮੈਂ ਕਿਸ਼ਤ ਕਿੰਨੀ ਕੁ ਭਰ ਸਕਦਾ। ਬਿਲਕੁਲ ਜੀ, ਉਹਨਾਂ ਦੇ ਸਾਹਮਣੇ ਬੈਠ ਕੇ ਗੱਲ ਕਰਾ ਦੀਦੀ ਆ। ਬਿਲਕੁਲ ਜੀ, ਜਦ ਸਾਡੇ ਕੋਲ ਬੈਂਕ ਵਾਲਾ ਮੁੰਡਾ ਆ ਜਾਂਦਾ ਕਸਟਮਰ ਦੇ ਕੋਲ, ਠੀਕ ਹੈ, ਉਹਦੇ ਨਾਲ ਅਗਲੇ ਦਾ ਖਰੀਦਣ ਵਾਲੇ ਦਾ ਸਿੰਬਲ ਸਹੀ ਹੋਵੇ। ਹਾਂਜੀ, ਸਿੰਬਲ ਸਹੀ ਹੋਣਾ ਚਾਹੀਦਾ, ਸਿੰਬਲ ਸਹੀ ਹੋਵੇ ਜੀ, ਤੇ ਲੋਨ ਈਜ਼ੀਲੀ ਹੋ ਜਾਂਦਾ। ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਜੀ ਲੋਨ ਦਾ? ਇਹ ਮੰਨ ਕੇ ਚੱਲੋ ਜੀ, ਹਫ਼ਤਾ ਕੁ ਲੱਗ ਜਾਂਦਾ। ਹਫ਼ਤਾ ਕੁ ਲੱਗ ਜਾਂਦਾ, ਅਸੀਂ ਲੋਨ ਹੋਣ ਤੋਂ ਬਾਅਦ ਹੀ ਗੱਡੀ ਡਿਲੀਵਰ ਕਰਦੇ ਹਾਂ। ਮੈਂ ਉਹੀ ਗੱਲ ਕਰਦਾ ਜੀ, ਵੀ ਮੰਨ ਲਓ ਤੁਹਾਨੂੰ ਕੋਈ ਗੱਡੀ ਫਿੱਟ ਆਉਂਦੀ ਹੈਗੀ, ਜੋ ਵੀ ਆਪਾਂ ਡਾਊਨ ਪੇਮੈਂਟ ਭਰ ਕੇ ਹਨਾ ਜੀ, ਜਦੋਂ ਤੁਹਾਡਾ ਲੋਨ ਅਪਰੂਵ ਹੋ ਗਿਆ ਆਪਦੀ ਗੱਡੀ ਲੈ ਆਪਦੀ ਗੱਡੀ ਲੈ ਕੇ ਜਾ। ਬਿਲਕੁਲ ਜੀ, ਬਿਲਕੁਲ। ਤੇ ਦੋਸਤੋ ਇਹ ਸੀਗਾ, ਤੇ ਆਪਣੇ ਕੋਲ ਹੋ ਜਾਂਦੇ ਨੇ ਨਾ ਬਾਈ 15 ਗੱਡੀਆਂ ਤੱਕ ਨਾ? ਹਾਂਜੀ, 15 ਗੱਡੀਆਂ ਹੋ ਜਾਂਦੀਆਂ ਨੇ। ਅਸੀਂ ਕਾਰਾਂ ਸਾਰੀਆਂ ਸੀਲਡ ਲੈਨੇ ਆ ਜੀ, ਇਸ ਕਰਕੇ ਹੀ 15 ਕੀ ਹੀ ਕਾਰਾਂ ਰੱਖਦੇ। ਬਿਲਕੁਲ ਜੀ, ਬਿਲਕੁਲ, ਨਵੇਂ ਨਕੋਰ ਕਾਰਾਂ ਹੁੰਦੀਆਂ ਨੇ ਸਾਡੇ ਕੋਲ। ਠੀਕ ਹੈ ਜੀ, ਸਾਡੀ ਕਾਰ ਦੇ ਉੱਤੇ ਬੰਦਾ ਕੋਈ ਆ ਕੇ ਐਕਸੀਡੈਂਟ ਨਹੀਂ ਕਰ ਸਕਦਾ, ਉਂਗਲੀ ਰੱਖ ਸਕਦਾ। ਨਵੇਂ ਟਾਇਰਾਂ ਦੀ ਕਮੀ ਆ, ਟਾਇਰ ਟੂਰ ਅਸੀਂ ਨਵੇਂ ਲਵਾ ਦਿੰਦੇ ਆ। ਕਸਟਮਰ ਨੂੰ ਜਾਨੀ ਕਿ ਤੰਗ ਨਹੀਂ ਹੋਣਾ ਪੈਂਦਾ, ਜਾ ਕੇ ਤੇਲ ਪਾਓ ਔਰ ਚਲਾਓ। ਠੀਕ ਹੈ, ਜਸਟ ਇੱਕ ਸਰਵਿਸ ਜ਼ਰੂਰ ਕਰਾਉਣੀ ਪੈਂਦੀ ਆ, ਸਰਵਿਸ ਅਸੀਂ ਇਸ ਕਰਕੇ ਨਹੀਂ ਕਰਾਉਂਦੇ, ਕਈ ਕਸਟਮਰ ਬਹਿਮੀ ਹੁੰਦੇ ਨੇ ਥੋੜਾ ਜਿਹਾ, ਉਹ ਆਪਦੇ ਹੱਥ ਨਾਲ ਕਰਵਾ ਲੈਂਦੇ ਨੇ। ਵਧੀਆ ਗੱਲ, ਅਗਲਾ ਕਹਿੰਦਾ ਵੀ ਤੇਲ ਮਾੜਾ ਪਾਉ ਜਾਂ ਹਨਾ ਫਿਲਟਰ, ਜਾਂ ਅਗਲਾ ਆਪਦੇ ਫਿਰ ਤਸੱਲੀ ਨਹੀਂ ਹੁੰਦੀ, ਤਸੱਲੀ ਨਹੀਂ, ਅਗਲਾ ਲੈ ਜਾ ਕੇ ਦੁਬਾਰੇ ਫੇਰ ਕਰਾਵੇ, ਡਬਲ ਨੁਕਸਾਨ ਹੁੰਦਾ, ਕੀ ਫਾਇਦਾ ਜੀ। ਬਸ ਤੇ ਦੋਸਤੋ ਇਹ ਗੱਲ ਸੀਗੀ, ਤੇ ਬਾਕੀ ਇੰਜਣ ਗੇਅਰ ਦੀ ਵੀ ਜ਼ਿੰਮੇਵਾਰੀ ਲੈਣੀ? ਇੰਜਣ ਗੇਅਰ ਦੀ ਜ਼ਿੰਮੇਵਾਰੀ ਹੈ, ਜਿਹੜੇ ਮੇਰੇ ਨਾਲ ਦੇ ਬੰਦੇ ਨੇ ਉਹਨਾਂ ਨੇ 25 ਸਾਲ ਦਾ ਐਕਸਪੀਰੀਅੰਸ ਆ, ਉਹਨਾਂ ਨੇ ਮਕੈਨੀਕਲ ਦਾ ਕੰਮ ਵੀ ਕਰਿਆ ਹੋਇਆ। ਠੀਕ ਹੈ ਜੀ। ਹਾਂਜੀ, 10-12 ਸਾਲ ਉਹਨਾਂ ਨੇ ਮਕੈਨੀਕਲ ਦਾ ਕੰਮ ਕਰਿਆ। ਅਸੀਂ ਇੱਕ ਦਿਨ ਪਹਿਲਾਂ ਕਾਰ ਆਪ ਚਲਾ ਕੇ ਦੇਖਦੇ ਹਾਂ ਵੀ ਕੋਈ ਕਮੀ ਤਾਂ ਨਹੀਂ ਕਾਰ ਦੇ ਵਿੱਚ। ਠੀਕ ਹੈ ਜੀ। ਫਿਰ ਅਸੀਂ ਕਾਊਂਟਰ ਤੇ ਲਾਉਂਦੇ। ਬਿਲਕੁਲ ਜੀ, ਬਿਲਕੁਲ, ਮਤਲਬ ਜੇ ਕਮੀ ਹੋਵੇ ਉਹਨੂੰ ਕਢਾ ਕੇ ਫਿਰ ਅਸੀਂ ਕਾਊਂਟਰ ਤੇ ਲਾਉਂਦੇ। ਫਿਰ ਕਾਊਂਟਰ ਤੇ ਲਾਉਣੇ। ਠੀਕ ਹੈ ਦੋਸਤੋ, ਤੁਹਾਨੂੰ ਐਕਸੀਡੈਂਟ ਦੀ ਫੁੱਲ ਜ਼ਿੰਮੇਵਾਰੀ ਮਿਲੂ, ਇੰਜਣ ਗੇਅਰ ਦੀ ਫੁੱਲ ਜ਼ਿੰਮੇਵਾਰੀ ਮਿਲੂ, ਤੇ ਡਾਕੂਮੈਂਟ ਤਾਂ ਬਾਈ ਆਪਦੇ ਮੂੰਹੋਂ ਹੀ ਕਹਿ ਰਿਹਾ ਵੀ ਆਪਾਂ ਨਾਮ ਕਰਾ ਕੇ ਫੇਰ। ਹਾਂਜੀ ਹਾਂਜੀ, ਨਾਮ ਕਰਾਉਣ ਦਾ ਮਤਲਬ ਅਸੀਂ ਰਸੀਦ ਕਟਵਾ ਕੇ ਹੀ ਉਰੋਂ ਕਾਰ ਦਿੰਦੇ ਹਾਂ। ਬਿਲਕੁਲ, ਬਿਲਕੁਲ। ਤੇ ਦੋਸਤੋ ਤਿੰਨੇ ਗੱਲਾਂ ਜ਼ਰੂਰੀ ਨੇ, ਇੰਜਣ ਗੇਅਰ ਜ਼ਰੂਰੀ ਹੈ ਗੱਡੀ ਦਾ, ਐਕਸੀਡੈਂਟ ਜ਼ਰੂਰੀ ਆ, ਤੇ ਬਾਕੀ ਆਪਣੇ ਕਾਗਜ਼ ਪੱਤਰ। ਇਹ ਤਿੰਨੇ ਚਾਰ ਚੀਜ਼ਾਂ ਨੇ ਤੁਹਾਨੂੰ ਫੁੱਲ ਜ਼ਿੰਮੇਵਾਰੀ ਮਿਲੂਗੀ। ਬਾਕੀ ਜੇ ਪੇਂਟ ਸ਼ੇਂਟ ਵਾਲੀ ਗੱਲ ਆ ਗਈ, ਮਾੜਾ ਮੋਟਾ ਹੋਊਗਾ ਤਾਂ ਦੱਸ ਕੇ ਦਿੱਤਾ ਜਾਵੇ। ਸਕ੍ਰੈਚ ਪੇਂਟ ਹੋਊਗਾ ਜੀ। ਹਾਂ, ਸਕ੍ਰੈਚ ਪੇਂਟ, ਸਕ੍ਰੈਚ ਪੇਂਟ। ਵੀ ਕੋਈ ਮੇਜਰ ਐਕਸੀਡੈਂਟ ਵਗੈਰਾ ਦਾ? ਮੇਜਰ ਐਕਸੀਡੈਂਟ ਅਸੀਂ ਕਾਰ ਆਪ ਹੀ ਨਹੀਂ ਲੈਂਦੇ। ਬਿਲਕੁਲ ਜੀ, ਬਿਲਕੁਲ। ਤੇ ਦੋਸਤੋ ਇਹ ਗੱਲਾਂ ਬਾਈ ਨੇ ਤੁਹਾਨੂੰ ਸਾਰੀਆਂ ਸਾਂਝੀਆਂ ਕਰਤੀਆਂ। ਬਾਕੀ ਨੰਬਰ ਬਾਈ ਦਾ ਨੀਚੇ ਚੱਲ ਰਹੇ ਨੇ, ਦੋਨੇ ਨੰਬਰ ਤੁਸੀਂ ਕਾਲ ਕਰਕੇ ਡਿਟੇਲ ਆ ਜਿਹੜੀ ਲੈ ਸਕਦੇ ਹੋਗੇ। ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਨਾ, ਬਹੁਤ ਹੀ ਜੈਨੂਇਨ ਡੀਲਰਸ਼ਿਪ ਆ ਬਾਈ ਹੋਰਾਂ ਦੀ। ਤੇ ਕਾਰ ਚੁਆਇਸ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਹਨਾ। ਤੇ ਵੀਰੇ ਮਾੜਾ ਜਿਹਾ ਐਡਰੈਸ ਇੱਕ ਵਾਰ ਤੁਸੀਂ ਦੱਸਿਓ ਦੁਬਾਰੇ ਜੀ, ਕਿੱਥੇ ਕੁ ਪੈਂਦਾ ਜੀ? ਲੁਧਿਆਣਾ ਮਰੇਕੋਲਾ ਰੋਡ, ਨੀਅਰ ਟੋਲ ਟੈਕਸ, ਸਾਹਮਣੇ ਨਰਸਿੰਗ ਕਾਲਜ ਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਗੋਪਾਲਪੁਰ ਹਨਾ, ਗੋਪਾਲਪੁਰ ਪੈਂਦਾ, ਵਿਲੇਜ ਗੋਪਾਲਪੁਰ, ਨੀਅਰ ਡੇਲੋ। ਠੀਕ ਹੈ ਜੀ। ਬਾਕੀ ਬਾਈ ਉਹਨਾਂ ਨੂੰ ਕਾਲ ਕਰ ਲਿਓ ਹਨਾ ਮੌਕੇ ਤੇ ਜੇ ਆ ਰਹੇ ਹੋਗੇ ਤੁਸੀਂ, ਤੇ ਗਰੰਟੀ ਫੁੱਲ ਹੋਊਗੀ ਜੀ ਬਾਈ, ਉਹਨੇ ਫੁੱਲ ਜ਼ਿੰਮੇਵਾਰੀ ਲੈਣਗੇ। ਕੋਈ ਵੀ ਗੱਡੀ ਤੁਸੀਂ ਐ ਦੇਖਣ ਦੀ ਲੋੜ ਨਹੀਂ ਹੈਗੀ, ਜੇ ਆਪਦੇ ਘਰ ਵਾਸਤੇ ਵਧੀਆ ਗੱਡੀ ਲੈਣਾ ਚਾਹੁੰਦੇ ਹੋ। ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਜ਼ਰੂਰ ਕਰ ਦਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ। ਧੰਨਵਾਦ ਜੀ।